ਸਰਕਾਰੀ ਭਰਤੀ ਦੇ ਫਿਜ਼ੀਕਲ ਟੈਸਟ ਦੌਰਾਨ 11 ਉਮੀਦਵਾਰਾਂ ਦੀ ਮੌਤ ਹੋਣ ਦੀ ਖਬਰ ਹੈ। ਦਰਅਸਲ ਆਬਕਾਰੀ ਕਾਂਸਟੇਬਲ ਦੀ ਬਹਾਲੀ ਲਈ ਦੌੜ ਪ੍ਰਕਿਰਿਆ ਚੱਲ ਰਹੀ ਸੀ। ਇਸ ਦੌਰਾਨ ਉਮੀਦਵਾਰਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਨੌਕਰੀ ਲੈਣ ਦਾ ਸੁਪਨਾ ਲੈ ਕੇ ਦੌੜ ਲਈ ਆਏ ਉਮੀਦਵਾਰ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਮਾਮਲਾ ਸਾਹਮਣੇ ਆਇਆ ਹੈ ਝਾਰਖੰਡ ਤੋਂ, ਜਿੱਥੇ ਕਿ ਝਾਰਖੰਡ ਦੇ ਵਿੱਚ ਸਰਕਾਰੀ ਭਰਤੀ ਚੱਲ ਰਹੀ ਸੀ ਆਬਕਾਰੀ ਕਾਂਸਟੇਬਲ ਦੇ ਲਈ, ਤੇ ਇਸੇ ਦੌਰਾਨ ਫਿਜ਼ੀਕਲ ਟੈਸਟ ਕਈ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ, ਲੇਕਿਨ ਇਸ ਦੌਰਾਨ ਹੁਣ 11 ਉਮੀਦਵਾਰਾਂ ਦੀ ਮੌਤ ਹੋ ਚੁੱਕੀ ਹੈ। ਕਾਂਸਟੇਬਲ ਭਰਤੀ ਦੇ ਸਰੀਰਕ ਇਮਤਿਹਾਨ ਦੌਰਾਨ ਹੁਣ ਤੱਕ 11 ਉਮੀਦਵਾਰਾਂ ਦੀ ਮੌਤ ਹੋਈ ਹੈ। 100 ਤੋਂ ਵੱਧ ਉਮੀਦਵਾਰ ਬਿਮਾਰ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਉਮੀਦਵਾਰ ਕਿਉਂ ਮਰ ਰਹੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਬਾਬੂ ਲਾਲ ਮਰਾਂਡੀ ਨੇ ਸਰਕਾਰ ਉੱਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਸਗੋਂ ਮੌਤ ਦੇ ਰਹੀ ਹੈ। ਆਬਕਾਰੀ ਕਾਂਸਟੇਬਲ ਦੀ ਭਰਤੀ ਦੌਰਾਨ 11 ਉਮੀਦਵਾਰਾਂ ਦੀ ਮੌਤ ਤੋਂ ਬਾਅਦ ਹੁਣ ਪੁਲਿਸ ਹੈੱਡਕੁਆਰਟਰ ਅਤੇ ਸੂਬਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ। ਝਾਰਖੰਡ ਪੁਲਿਸ ਹੈੱਡਕੁਆਰਟਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੀਣ ਵਾਲੇ ਪਾਣੀ ਦੀ ਸਹੂਲਤ ਵਿਸ਼ੇਸ਼ ਤੌਰ ਤੇ ਚੋਣ ਕੇਂਦਰ ਦੇ ਨੇੜੇ ਜਿੱਥੇ ਉਮੀਦਵਾਰ ਮੌਜੂਦ ਹਨ ਉੱਥੇ ਮੁਹੱਈਆ ਕਰਵਾਉਣ ਦੇ ਲਈ ਕਿਹਾ ਗਿਆ ਹੈ। ਮੈਡੀਕਲ ਟੀਮ ਦੇ ਨਾਲ ਨਾਲ ਬੈੱਡਾਂ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਮੁਤਾਬਕ ਉਮੀਦਵਾਰਾਂ ਦੀ ਮੌਤ ਦੇ 3 ਮੁੱਖ ਕਾਰਨ ਹਨ। ਹਾਲਾਂਕਿ ਅਜੇ ਤੱਕ ਇਸ ਦਾ ਕੋਈ ਠੋਸ ਕਾਰਨ ਪਤਾ ਨਹੀਂ ਲੱਗ ਸਕਿਆ, ਪਰ ਇਸ ਦੇ 3 ਕਾਰਨ ਮੰਨੇ ਜਾ ਰਹੇ ਹਨ। ਪਹਿਲਾ, ਅੱਤ ਦੀ ਗਰਮੀ ਵਿੱਚ ਦੌੜਨ ਕਾਰਨ ਉਮੀਦਵਾਰ ਬੇਹੋਸ਼ ਹੋ ਰਹੇ ਹਨ ਅਤੇ ਉਹਨਾਂ ਦੀ ਸਿਹਤ ਹੌਲੀ ਹੌਲੀ ਵਿਗੜਦੀ ਜਾ ਰਹੀ ਹੈ। ਦੂਜਾ, ਦੌੜ ਦੌਰਾਨ ਸਟੈਮਿਨਾ ਵਧਾਉਣ ਲਈ ਕੁਝ ਇੰਜੈਕਸ਼ਨਾਂ ਦੀ ਵਰਤੋਂ ਕਰਨ ਕਾਰਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ, ਤੇ ਆਖਰੀ ਇਹ ਕਿ ਭਰਤੀ ਮੁਹਿੰਮ ਦੌਰਾਨ ਕੇਂਦਰਾਂ ਉੱਤੇ ਉਮੀਦਵਾਰਾਂ ਲਈ ਪੀਣ ਵਾਲੇ ਪਾਣੀ ਸਮੇਤ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਉਮੀਦਵਾਰ ਪਰੇਸ਼ਾਨ ਅਤੇ ਬੇਹੋਸ਼ ਹੋ ਰਹੇ ਹਨ।